मैं बहुत बहुत शाबाशी तो बहुत बहुत धन्यवाद कर रही, थैंक यू कर दी हाँ कि जेडे दूसरे पेटों आण के इस माँ माँ समझ के चक के लै गए। ਗੋਲਡੀ ਭਾਈ ਨਾਲ ਗੱਲ ਕੀਤੀ ਸੀਗੀ ਤੇ ਭਾਜੀ ਆਏ ਵੀ ਸੀ ਥੋੜੇ ਦਿਨ ਪਹਿਲਾਂ ਤੇ ਉਹ ਭਾਜੀ ਕਹਿੰਦੇ ਕਿ ਇਹਨਾਂ ਦਾ ਇਲਾਜ ਕਰਵਾਓ। ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਮੈਂ ਇੱਕ ਵਾਰ ਫਿਰ ਤੋਂ ਹਰਜੀਤ ਗਰੇਵਾਲ ਸਵਾਗਤ ਕਰਦਾ ਹਾਂ। ਜਿੱਥੇ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਵਿੱਚ ਲੋਕਡਾਊਨ ਹੋਇਆ ਵਾ, ਉੱਥੇ ਪੰਜਾਬ ਪੁਲਿਸ ਦੇ ਜਵਾਨ ਨੇ ਕਾਫੀ ਜਿਹੜਾ ਵਧੀਆ ਜਿਹੜਾ ਕੰਮ ਕਰ ਰਹੇ ਨੇ। ਆਹ ਤਸਵੀਰਾਂ ਤੁਹਾਨੂੰ ਦਿਖਾਈਆਂ ਲਗਾਤਾਰ ਆ ਜਿਹੜੀ ਸੀ ਅਸੀਂ ਅੰਮ੍ਰਿਤਸਰ ਦੇ ਜਿਹੜੀਆਂ ਇੱਕ ਮਾਤਾ ਸੀ ਜਿਹੜੀ ਇੱਕ ਕਾਫੀ ਇੱਕ ਝੁੱਗੀ ਜੇ ਕਹਿ ਸਕਦੇ ਹਾਂ ਵੀ ਹਾਲਾਤ ਇੰਨੇ ਮਾੜੇ ਸੀ ਮਾਤਾ ਦੇ, 5-6 ਮਹੀਨਿਆਂ ਤੋਂ ਬਿਮਾਰ ਸੀ, ਪਰ ਅੱਜ ਪੰਜਾਬ ਪੁਲਿਸ ਦੀ ਟੀਮ ਅੱਜ ਆਈ ਹੈ, ਵਲੰਟੀਅਰ ਜਿਹੜੇ ਆਏ ਨੇ ਜਿਹੜੇ ਆਪਣੇ ਭਾਜੀ ਪੀਪੀ ਦੇ ਗੋਲਡੀ ਭਾਈ ਦੇ ਆ ਕੇ ਉਹਨਾਂ ਜਿਹੜਾ ਇਲਾਜ ਕਰਵਾਉਣ ਵਾਸਤੇ ਲੈ ਕੇ ਗਈ। ਗੱਲਬਾਤ ਕਰ ਲੈਂਦੇ ਸਾਡੇ ਡਾਕਟਰ ਸਾਹਿਬ ਨਾਲ ਨੇ। ਡਾਕਟਰ ਸਾਹਿਬ ਕੀ ਹੋਇਆ ਸੀ ਮਾਤਾ ਜੀ ਨੂੰ? ਸਤਿ ਸ਼੍ਰੀ ਅਕਾਲ ਭਾਜੀ। ਇਹ ਮਾਤਾ ਜੀ ਨੂੰ ਨਾ ਕੁਛ 15-20 ਦਿਨ ਤੋਂ ਦੇਖ ਰਹੀ ਜਾਂ ਕਿ ਇਹਨਾਂ ਦੇ ਹਾਲਾਤ ਬੜੇ ਮਾੜੇ ਸੀ ਘਰ ਦੇ, ਅਤੇ ਮਾਤਾ ਜੀ ਨੂੰ ਜਦੋਂ ਵੇਖਿਆ ਆਣ ਕੇ ਮਾਤਾ ਜੀ ਉੱਠਣ ਜੋਗੇ ਨਹੀਂ ਹੈਗੇ, ਅਤੇ ਫਿਰ ਅਸੀਂ ਸੋਚਿਆ ਸੀ ਮੈਂ ਗੋਲਡੀ ਭਾਈ ਨਾਲ ਗੱਲ ਕੀਤੀ ਸੀਗੀ ਅਤੇ ਭਾਜੀ ਆਏ ਵੀ ਸੀ ਥੋੜ੍ਹੇ ਦਿਨ ਪਹਿਲਾਂ, ਅਤੇ ਉਹ ਭਾਜੀ ਕਹਿੰਦੇ ਕਿ ਇਹਨਾਂ ਦਾ ਇਲਾਜ ਕਰਵਾਓ। ਬਾਕੀ ਬਥੇਰੀਆਂ ਰੱਬੀ ਰੂਹਾਂ ਬੈਠੀਆਂ ਵਾ, ਦਾਨੀ ਸੱਜਣ ਸਾਨੂੰ ਬਥੇਰੀਆਂ ਕੋਲਸ ਆ ਰਹੀਆਂ ਕਿ ਇਹਨਾਂ ਦਾ ਇਲਾਜ ਕਰਵਾਓ, ਅਤੇ ਅਸੀਂ ਕਿਸੇ ਤੋਂ ਚੀਜ਼ ਦੀ ਥੋੜ੍ਹ ਨਹੀਂ ਆਉਂਦੇ, ਅਸੀਂ ਫਿਰ ਅੱਜ ਆਏ, ਅੱਜ ਟਾਈਮ ਲੱਗਾ ਅਤੇ ਮਾਤਾ ਜੀ ਨੂੰ ਲੈ ਕੇ ਚੱਲੇ ਹੋਸਪਿਟਲ। ਅਸੀਂ ਦੇਖਿਆ ਤੁਸੀਂ ਕੀ ਇਹਨਾਂ ਦੇ ਪਹਿਲਾਂ ਵੀਡੀਓ ਬਣਾ ਕੇ ਪਹਿਲਾਂ ਪਾਈ ਸੀ ਜਾਂ ਕਿਸ ਤਰ੍ਹਾਂ ਪਹਿਲਾਂ ਸ਼ੂਟ ਕੀਤੀ ਜਾਂ ਕਿਸ ਤਰ੍ਹਾਂ ਪਰਿਵਾਰ 'ਚ ਕੌਣ ਕੌਣ ਇਹਦੇ ਹੈਗਾ? ਭਾਜੀ ਕੋਵਿਡ ਦੇ ਕਰਕੇ ਨਾ ਆਪਾਂ ਚਲੋ ਰਾਸ਼ਨ ਦੀ ਸੇਵਾ ਕਰਦੇ ਹਾਂ ਕਿ ਜਿੱਥੋਂ ਤੱਕ ਜਿੰਨੀ ਕੁ ਸਾਡੇ ਕੋਲ ਹੋ ਸਕਦੀ ਆ ਹੈ ਨਾ ਉਹ ਕਰ ਦਿੰਦੇ, ਅਤੇ ਇੱਦਾਂ ਹੀ ਸਾਨੂੰ ਵੀਰ ਭਰਾ ਨੇ ਕਿਸੇ ਨੇ ਕਿਹਾ ਸੀਗਾ ਕਿ ਇਹਨਾਂ ਦੇ ਹਾਲਾਤ ਵੇਖਿਓ ਜਰਾ ਆਣ ਕੇ ਤੁਸੀਂ ਆਏ ਸੀ ਇੱਥੇ, ਅਤੇ ਉਹ ਜਦੋਂ ਦੇਖਿਆ ਤਾਂ ਆਹ ਹਾਲਾਤ ਮਾ ਇਹਨਾਂ ਮਾਤਾ ਜੀ ਦੇ ਦੋ ਬੇਟੇ ਆ, ਪਰ ਇੱਕੋ ਬੇਟਾ ਅਸੀਂ ਇੱਥੇ ਦੇਖਿਆ ਵਾ, ਦੂਜਾ ਨਹੀਂ ਸਾਨੂੰ ਮਿਲਿਆ ਅੱਜ ਤੱਕ, ਅਤੇ ਬਿਮਾਰ ਸੀਗਾ ਵੀ। ਆ ਕੀ ਲੱਗਦਾ ਵੀ ਮਾਤਾ ਨੂੰ ਕੀ ਹੋਇਆ? ਕਿ ਮੈਂ ਦੱਸਿਆ ਘਰ ਦੇ ਬਹੁਤ ਹਾਲਾਤ ਮਾੜੇ ਨੇ, ਨਾ ਪੱਖਾ ਨਾ ਲੈਟ ਆ ਨਾ ਘਰ 'ਚ ਕੋਈ ਚੁੱਲ੍ਹਾ ਵਾ, ਮਤਲਬ ਦੇਖਿਆ ਵੀ ਬਿਲਕੁਲ ਹੀ ਵਿਚਾਰੇ ਇੱਕ ਸੜਕ ਦੇ ਉੱਤੇ ਜਿਹੜੇ ਬਣਾ ਕੇ ਝੁੱਗੀ ਝੌਂਪੜੀ ਬਹਿ ਰਹੇ ਨੇ, ਅਤੇ ਜਿਹੜਾ ਬੇਟੇ ਵੀ ਉਵੇਂ ਕੰਮ ਕਾਰ ਨਹੀਂ ਕਰਦੇ, ਹਾਲਾਤ ਕਾਫੀ ਕਰਦੇ ਮਾੜੇ ਨੇ। ਬੇਟੇ ਉਹਨਾਂ ਦੇ ਵਿਚਾਰੇ ਉਹ ਵੀ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਘਰ ਆ, ਅਤੇ ਉਹ ਫਿਰ ਕੀ ਕਰਨ ਹੁਣ ਉਹਨਾਂ ਕੋਈ ਇੰਨਾ ਖਰਚਾ ਨਹੀਂ ਹੋਣਾ, ਸੋ ਅਸੀਂ ਕੋਈ ਗੱਲ ਨਹੀਂ ਮਾਤਾ ਜੀ ਠੀਕ ਹੋਣਾ ਕੋਈ ਗੱਲ ਨਹੀਂ, ਆਪਾਂ ਇਹਨਾਂ ਨੂੰ ਪੱਖਾ ਵਗੈਰਾ ਜਿੱਥੋਂ ਤੱਕ ਮੰਜੇ ਜੋ ਸਾਡੇ ਕੋਲ ਹੋ ਸਕਿਆ ਨਾ ਅਸੀਂ ਕਰਕੇ ਜਾਵਾਂਗੇ ਇੱਥੇ ਇਹਨਾਂ ਕੋਲ, ਜਿੰਨਾ ਵੀ ਹੋ ਸਕਿਆ ਅਸੀਂ ਕਰਾਂਗੇ ਇਹਨਾਂ ਦਾ, ਕੋਈ ਗੱਲ ਨਹੀਂ। ਇਹ ਸੀ ਸਾਡੇ ਨਾਲ ਗੱਲਬਾਤ ਕੀਤੀ ਜਿਹੜੇ ਵੀਰ ਜਿਹੜੇ ਵਲੰਟੀਅਰ ਜਿਹੜੇ ਪੰਜਾਬ ਪੁਲਿਸ ਦੇ ਜਿਹੜੇ ਗੋਲਡੀ ਭਾਈ ਜਿਹੜੇ ਵਲੰਟੀਅਰ ਨੇ ਜਿਹੜੇ ਆ ਕੇ ਇਸ ਪਰਿਵਾਰ ਦਾ ਜਿਹੜਾ ਸਾਰ ਲਈ ਆ, ਆਸ ਇਸ ਪਰਿਵਾਰ ਦੀ ਹੈਲਪ ਕੀਤੀ, ਮਦਦ ਕੀਤੀ ਆ, ਮਾਤਾ ਨੂੰ ਜਿਹੜਾ ਵਾ ਆਟੋ ਬਿਠਾ ਕੇ ਜਿਹੜਾ ਲੈ ਕੇ ਗਏ ਨੇ ਇਲਾਜ ਕਰਵਾਉਣ ਵਾਸਤੇ ਵੀ ਮਾਤਾ ਜੀ ਠੀਕ ਹੋਣ, ਕਿਉਂਕਿ ਮਾਵਾਂ ਜਿਹੜੀਆਂ ਵਾ ਫਿਰ ਨਹੀਂ ਲੱਭਦੀਆਂ। ਜਿਹੜੀ ਮਾਂ ਹੁੰਦੀ ਆ ਉਹ ਰੱਬਾ ਲੋਕ ਕਹਿੰਦੇ ਵੀ ਰੱਬ ਮਾਂ ਹੁੰਦੀ ਆ, ਅਤੇ ਇਸ ਕਰਕੇ ਜਿਹੜੀ ਮਾਂ ਜਿਹੜੀ ਆ ਉਸ ਇਲਾਜ ਕਰਵਾਉਣ ਵਾਸਤੇ ਜਿਹੜੇ ਇਹ ਪ੍ਰਵੀਰ ਜਿਹੜੇ ਆਏ ਨੇ ਇਹਨਾਂ ਕਿਹਾ ਵੀ ਉਹਦੀ ਮਾਂ ਨਹੀਂ ਸਾਡੀ ਮਾਂ ਆ, ਅਤੇ ਗੱਲਬਾਤ ਕਰਨ ਇਹਨਾਂ ਨੇ ਗਵਾਂਢੀ ਜਿਹੜੇ ਲੋਕ ਇੱਥੋਂ ਦੇ ਸਾਡੇ ਨਾਲ ਨੇ। ਹਾਂਜੀ ਭੈਣੀ, ਕੀ ਨਾਮ ਤੁਹਾਡਾ? ਮਨਜੀਤ। ਮਨਜੀਤ ਜੀ, ਕੀ ਹੋਇਆ, ਕੀ ਸੀ ਮਾਤਾ ਜੀ ਨੂੰ ਅਸੀਂ ਦੇਖਿਆ ਵਾ, ਕੀ ਗੱਲਬਾਤ ਹੋਈ ਸੀ ਮਾਤਾ ਜੀ ਕਿੰਨੇ ਜਦੋਂ ਬਿਮਾਰ ਸੀ? ਇਹਨਾਂ ਨੂੰ 5-6 ਮਹੀਨੇ ਹੋ ਗਏ ਬਿਮਾਰ ਹੋਇਆਂ ਨੂੰ, ਪਰ ਮਾਤਾ ਜੀ ਦੀ ਕੇਅਰ ਨਹੀਂ ਹੋਈ, ਕਿਸੇ ਵੇਲੇ ਖਾਣਾ ਵੀ ਨਹੀਂ ਸੀ ਮਿਲਦਾ ਇਹਨਾਂ ਨੂੰ, ਠੀਕ ਆ, ਤਾਂ ਇਸ ਤਰ੍ਹਾਂ ਕਿਤੇ ਉਹਨਾਂ ਕਿਤੇ ਲੰਗਰ ਲਿਆ ਕੇ ਬੇਟਾ ਦਿੰਦਾ ਸੀ ਅਤੇ ਬੇਟਾ ਹੀ ਸੇਵਾ ਕਰਦਾ ਸੀ। ਅਸੀਂ ਦੇਖਿਆ ਘਰ 'ਚ ਕੋਈ ਔਰਤ ਵੀ ਨਹੀਂ ਹੈ, ਅਸੀਂ ਉਹ ਮਾਂ ਪੋਤੀ ਮਾਂ ਪੋਤੀ ਇਕੱਲੇ ਹੈਗੇ ਆ, ਮਾਂ ਪੋਤੀ ਆ, ਕੋਈ ਔਰਤ ਨਹੀਂ, ਇੱਕ ਬੇਟਾ ਉਹ ਵੱਖਰਾ ਰਹਿੰਦਾ, ਉਹ ਨੌਂ ਹੈਗੇ ਆ ਪਰ ਸਾਂਭਦੀ ਨਹੀਂ ਗੀ। ਅਸੀਂ ਦੇਖਿਆ ਹੋਰ ਵੀ ਇੱਥੇ ਜਿਹੜੇ ਹਾਲਾਤ ਬੜੇ ਮਾੜੇ ਨੇ, ਨਾ ਪੱਖਾ ਨਾ ਬੱਤੀ, ਨਹੀਂ ਕੋਈ ਨਹੀਂ ਹੈਗਾ, ਇਹਦੇ ਘਰ ਵਿੱਚ ਕੁਛ ਨਹੀਂ ਹੈਗਾ, ਇੱਕ ਮਾੜਾ ਜਿਹਾ ਲੱਕੜਾ ਚੁੱਕ ਕੇ ਲਿਆਉਂਦੀ ਸੀ ਅਤੇ ਆਪਣਾ ਖਾਣਾ ਬਣਾਉਂਦੀ ਸੀ। ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰੂੰਗੀ, ਥੈਂਕ ਯੂ ਕਰੂੰਗੀ ਕਿ ਆਪਣੀ ਮਾਂ ਸਮਝ ਕੇ ਇਹਨਾਂ ਨੇ ਸੇਵਾ ਚੁੱਕ ਲਈ ਅਤੇ ਇਹਨੂੰ ਠੀਕ ਠਾਕ ਕਰਕੇ ਘਰ ਭੇਜ ਦੇਣ ਲੱਗੇ। ਕੀ ਲੱਗਦਾ ਅੱਜ ਦੇ ਜ਼ਮਾਨੇ ਜਿੱਥੇ ਲੋਕ ਆਪਣੀ ਮਾਵਾਂ ਨਹੀਂ ਸਾਂਭਦੇ, ਇਹੋ ਜਿਹੜੇ ਵੀਰ ਜਿਹੜੇ ਆ ਕੇ ਇਹੋ ਜਿਹੀਆਂ ਮਾਵਾਂ ਜਿਹੜੀਆਂ ਚੁੱਕ ਕੇ ਜਿੱਥੋਂ ਜਿਹੜੇ ਸੜਕਾਂ 'ਤੇ ਹੁੰਦੇ ਜਿਹੜੇ ਪਰੇਸ਼ਾਨ ਹੁੰਦੇ ਜਿਹਨਾਂ ਕੋਈ ਕੰਮ ਕਾਰ ਨਹੀਂ ਹੁੰਦਾ ਜਾਂ ਹਾਲਾਤ ਬੜੇ ਮਾੜੇ ਹੁੰਦੇ ਆ, ਉਹਨਾਂ ਨੂੰ ਆ ਕੇ ਸੇਵਾ ਕਰਦੇ, ਹਸਪਤਾਲ ਇਲਾਜ ਕਰਕੇ ਵਾਪਸ ਲਿਆਉਂਦੇ, ਕੀ ਕਹਿਣਾ ਚਾਹੋਗੇ ਇਹਨਾਂ ਲੋਕਾਂ ਬਾਰੇ? ਕਬੀਰ ਜੀ, ਅੱਜ ਕੱਲ੍ਹ ਤਾਂ ਆਪਣੇ ਪੇੜ ਦੇ ਜੰਮੇ ਵੀ ਨਹੀਂ ਬਣਦੇ, ਮੈਂ ਬਹੁਤ ਬਹੁਤ ਸ਼ਾਬਾਸ਼ੀ ਅਤੇ ਬਹੁਤ ਬਹੁਤ ਧੰਨਵਾਦ ਕਰਦੀ, ਥੈਂਕ ਯੂ ਕਰਦੀ ਹਾਂ ਕਿ ਜਿਹੜੇ ਦੂਸਰੇ ਪੇਟੋਂ ਆਣ ਕੇ ਇਸ ਮਾਂ ਨੂੰ ਮਾਂ ਸਮਝ ਕੇ ਚੱਕ ਕੇ ਲੈ ਗਏ ਆ। ਬਹੁਤ ਬਹੁਤ ਧੰਨਵਾਦ ਜੀ। ਇਸ ਸਾਡੇ ਨਾਲ ਗੱਲਬਾਤ ਕੀਤੀ ਜਿਹੜੇ ਇਹਨਾਂ ਦੇ ਗਵਾਂਢੀ ਨੇ ਅਤੇ ਇਹਨਾਂ ਕਿਹਾ ਕਿ ਇਹ ਮਾਤਾ ਜੀ ਕਾਫੀ ਚਿਰ ਤੋਂ ਜਿਹੜੇ
5-6 जिहड़े महीनिआं तों बीमार सी। असीं गोल्डी वीरां नूं सलाम करदे हां, जिथे कि पंजाब पुलिस इन्ना वधिया कर रही है, उत्थे जिहड़े गोल्डी वीर जिहड़े सपोर्ट ने, जिहड़े इन्हां दे वलंटियर ने, जिहड़े वीर रणजीत भाजी जिहड़े ने, खास करके जिहड़े डाक्टर ने, पेशे तों डाक्टर ने पर हालात इन्ने वधिया, डाक्टर साहब जिहड़े कि इन्ने मरीज़ां नूं जाके खुद ठीक करदे, देखो ग्लव्स पा के उन्हां इलाज करदे ने। पिछे इक वीडियो पाई सी किस तरह जिहड़ा इक बजुर्ग नूं शर्ट तों चक के जिहड़ा साफ सफाई करके नवा के ਵਧੀਆ ਸੋਹਣੇ ਕੱਪੜੇ ਪਾ ਕੇ ਜਿਹੜਾ ਇਲਾਜ ਕਰਨ ਵਾਸਤੇ ਹਸਪਤਾਲ 'ਚ ਲੈ ਗਏ ਸੀ, ਉਸੇ ਤਰ੍ਹਾਂ ਦੇ ਜਿਹੜੇ ਅੱਜ ਮਾਤਾ ਨੂੰ ਵੀ ਲੈ ਕੇ ਗਏ ਨੇ। ਸਾਡਾ ਵੀ ਇਹਨਾਂ ਵੀਰਾਂ ਨੂੰ ਬਹੁਤ ਸਲਾਮ ਆ ਵੀ ਇਹੋ ਜਿਹੜੇ ਵੀਰ ਜਿਹੜੇ ਮਾਵਾਂ ਜਿਹੜੇ ਪੁੱਤ ਨੇ ਬਹੁਤ ਘੱਟ ਜਾਂਦੀਆਂ ਨੇ। ਅੰਮ੍ਰਿਤਸਰ ਤੋਂ ਪੰਜਾਬੀ ਲੋਕ ਚੱਲਣ ਲਈ ਹਰਜੀਤ ਗਰੇਵਾਲ ਦੀ ਖਾਸ ਰਿਪੋਰਟ।